ਅਮਰੀਕਾ ਦੇ ਵਿੱਚ ਇੱਕ ਮੁੰਡੇ ਨੇ ਦੋ ਪੰਜਾਬੀ ਭੈਣਾਂ ਤੇ ਗੋਲੀਆਂ ਚਲਾ ਦਿੱਤੀਆਂ ਨੇ, ਜਿਸ ਤੋਂ ਬਾਅਦ ਹੈਲੀਕਾਪਟਰ ਤੇ ਆ ਕੇ ਪੁਲਿਸ ਨੇ ਮੁੰਡੇ ਨੂੰ ਨਾਲ ਦੀ ਨਾਲ ਗ੍ਰਿਫਤਾਰ ਵੀ ਕਰ ਲਿਆ। ਗੋਲੀਆਂ ਚਲਾਉਣ ਤੋਂ ਬਾਅਦ ਭੱਜਣ ਲੱਗਾ ਸੀ ਮੁਲਜ਼ਮ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਹਮਲਾ ਕਰਨ ਵਾਲਾ ਵੀ ਪੰਜਾਬੀ ਹੀ ਸੀ ਤੇ ਕੁੜੀ ਨੂੰ ਪਹਿਲਾਂ ਤੋਂ ਜਾਣਦਾ ਸੀ। ਦਰਅਸਲ ਦੋ ਭੈਣਾਂ ਜੋ ਕਿ ਇੱਕ ਘਰ ਦੇ ਵਿੱਚ ਰਹਿ ਰਹੀਆਂ ਸੀ, ਇੱਕ ਦਾ ਵਿਆਹ ਹੋ ਗਿਆ ਸੀ ਤੇ ਦੂਜੀ ਹਾਲੇ 20 ਸਾਲਾਂ ਦੀ ਸੀ। ਦੱਸ ਦਈਏ ਕਿ 29 ਸਾਲਾਂ ਜਸਵੀਰ ਕੌਰ ਜਿਸ ਦਾ ਵਿਆਹ ਹੋਇਆ ਸੀ ਉਹ ਹਾਲੇ 3 ਮਹੀਨੇ ਦੀ ਗਰਭਵਤੀ ਸੀ, ਉਸਦੀ ਮੌਤ ਹੋ ਗਈ ਹੈ ਤੇ 20 ਸਾਲਾਂ ਦੀ ਭੈਣ ਹੈ ਜਿਹੜੀ ਉਹ ਜ਼ਖਮੀ ਦੱਸੀ ਜਾ ਰਹੀ ਹੈ। ਤਾਂ ਬੇਹੱਦ ਮੰਦਭਾਗੀ ਖਬਰ। ਤੁਸੀਂ ਤਸਵੀਰਾਂ ਦੇਖੋ, ਪੁਲਿਸ ਕਿਵੇਂ ਗ੍ਰਿਫਤਾਰ ਕਰ ਰਹੀ ਹੈ ਇਸ ਮੁਲਜ਼ਮ ਨੂੰ ਜਿਸਨੇ ਗੋਲੀਆਂ ਚਲਾਈਆਂ ਦੋ ਭੈਣਾਂ ਦੇ ਉੱਤੇ। ਦੱਸ ਦਈਏ ਕਿ 3 ਮਹੀਨੇ ਦੀ ਗਰਭਵਤੀ ਸੀ, 5 ਸਾਲਾਂ ਤੋਂ ਵਿਦੇਸ਼ ਦੇ ਵਿੱਚ ਰਹਿ ਰਹੀ ਸੀ, ਵਿਦੇਸ਼ ਦੇ ਵਿੱਚ ਹੀ ਵਿਆਹ ਹੋਇਆ ਸੀ ਮ੍ਰਿਤਕਾ ਦਾ। ਚਚੇਰੀ ਭੈਣ ਉਸਦੀ ਗਗਨਦੀਪ ਕੌਰ ਜੋ ਕਿ ਇਸੇ ਸਾਲ ਜਨਵਰੀ ਦੇ ਵਿੱਚ ਰਹਿਣ ਆਈ ਸੀ ਉਸ ਕੋਲ। ਗਗਨਦੀਪ ਕੌਰ ਗੰਭੀਰ ਜ਼ਖਮੀ ਹੈ ਤੇ 29 ਸਾਲਾਂ ਦੀ ਜਸਵੀਰ ਕੌਰ ਦੀ ਮੌਤ ਹੋ ਗਈ ਹੈ। ਉਸਦੇ ਉਹ 3 ਮਹੀਨਿਆਂ ਦੀ ਗਰਭਵਤੀ ਸੀ। ਜੀ ਹਾਂ, ਨੰਨੀ ਜਾਨ ਸੀ ਉਸਦੇ ਢਿੱਡ 'ਚ, ਉਸਦਾ ਵੀ ਕਤਲ ਕਰ ਦਿੱਤਾ ਗਿਆ। ਤਾਂ ਇਹ ਸ਼ਖਸ ਜੋ ਕਿ ਪੰਜਾਬੀ ਹੈ, ਇਸਦੇ ਵੱਲੋਂ ਦੋ ਪੰਜਾਬੀ ਭੈਣਾਂ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਆਉਂਦੀ ਹੈ ਚੌਪਰ 'ਤੇ, ਚੌਪਰ 'ਤੇ ਪੁਲਿਸ ਆ ਕੇ ਨਾਲ ਦੀ ਨਾਲ ਕਾਰਵਾਈ ਕਰਦੀ ਹੈ। US ਪੁਲਿਸ, ਦੇਖੋ ਕਿਵੇਂ US ਪੁਲਿਸ ਦੇ ਜਵਾਨ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਂਦੇ ਨੇ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਰਹਿ ਰਹੀਆਂ ਕੁੜੀਆਂ ਜਲੰਧਰ ਤੋਂ ਸੰਬੰਧਿਤ ਸਨ, ਨੂਰ ਮਹਿਲ ਦੀਆਂ ਸਨ ਦੋਵੇਂ ਕੁੜੀਆਂ, ਚਚੇਰੀਆਂ ਭੈਣਾਂ ਸਨ। ਜਿਹੜੀ ਜਸਵੀਰ ਕੌਰ ਹੈ ਜਿਸਦੀ 29 ਸਾਲਾਂ ਉਮਰ ਹੈ, ਉਹ ਕਾਫੀ ਚਿਰ ਹੋ ਗਏ ਸੀ, 5 ਸਾਲ ਹੋ ਗਏ ਸੀ ਉਸ ਨੂੰ ਵਿਦੇਸ਼ 'ਚ ਰਹਿੰਦੇ ਹੋਏ, ਤੇ ਦੂਜੀ ਕੁੜੀ ਜਿਸਦਾ ਨਾਮ ਗਗਨਦੀਪ ਕੌਰ ਹੈ ਉਹ ਹਾਲੇ ਜਨਵਰੀ ਦੇ ਵਿੱਚ ਹੀ ਗਈ ਸੀ। ਦੱਸ ਦਈਏ ਕਿ ਇਸ ਮੁਲਜ਼ਮ ਦਾ ਨਾਮ ਗੌਰਵ ਗਿੱਲ ਦੱਸਿਆ ਜਾ ਰਿਹਾ ਹੈ, ਗੌਰਵ ਗਿੱਲ ਦੇ ਪਰਿਵਾਰ ਦਾ, ਗੌਰਵ ਗਿੱਲ ਦੇ ਪਿੰਡ ਵਾਲਿਆਂ ਦਾ। ਸੂਤਰਾਂ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਗੌਰਵ ਗਿੱਲ ਇੱਕਦਮ ਸ਼ਰੀਫ ਸੀ, ਪਰ ਜਿਹੜਾ ਕਾਰਾ ਇਸਨੇ ਕੀਤਾ ਹੈ ਉਹ ਰੂਹ ਕੰਬਾਊ ਕਾਰਾ ਹੈ। ਗੋਲੀ ਮਾਰਨ ਵਾਲਾ ਨੌਜਵਾਨ ਪੰਜਾਬ ਦੇ ਨਕੋਦਰ ਦਾ ਰਹਿਣ ਵਾਲਾ ਹੈ। ਜੀ ਹਾਂ, ਗੌਰਵ ਗਿੱਲ ਹੈ ਜੋ ਨਕੋਦਰ ਦਾ ਰਹਿਣ ਵਾਲਾ ਹੈ। ਗ੍ਰਿਫਤਾਰ ਕਰਨ ਦੀ CCTV ਸਾਹਮਣੇ ਆਈ ਹੈ, ਜੋ ਤਸਵੀਰਾਂ ਦੇ ਵਿੱਚ ਗੋਡਿਆਂ ਭਾਰ ਬੈਠਾ ਇਹ ਸ਼ਖਸ, ਇਹ ਗੌਰਵ ਗਿੱਲ ਹੈ। ਇਸਨੇ ਹੀ ਗਗਨਦੀਪ ਕੌਰ ਅਤੇ ਉਸਦੀ ਭੈਣ ਜਸਵੀਰ ਕੌਰ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਤਾਂ ਦੇਖੋ ਇਹ ਤਸਵੀਰਾਂ ਜੋ US ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਪੰਜਾਬੀ ਮੁੰਡੇ ਨੇ ਦੋ ਪੰਜਾਬੀ ਭੈਣਾਂ 'ਤੇ ਅੰਨੇਵਾਹ ਗੋਲੀਆਂ ਚਲਾਈਆਂ ਨੇ। ਸਾਨੂੰ ਬੁੱਧਵਾਰ ਦੀ ਰਾਤ ਨੂੰ ਪਤਾ ਲੱਗਾ, ਤਾਂ ਉਧਰੋਂ ਪ੍ਰਾਹੁਣੇ ਨੇ ਫੋਨ ਕੀਤਾ ਸਾਨੂੰ, ਇੱਦਾਂ ਦਾ ਹੋ ਗਿਆ। ਅੱਛਾ, ਖਬਰਾਂ ਦੇ ਮੁਤਾਬਕ ਇਹ ਦੱਸਦੇ ਵੀ ਕਹਿੰਦੇ ਵੀ ਤਸਵੀਰ ਕੌਰ ਦੇ ਹਸਬੰਡ ਨੇ ਤੁਸੀਂ ਗੱਲ ਕਰ ਲਈ, ਕਹਿੰਦੇ ਉਹ ਆਪ ਵੀ ਕਰਨੀ ਸੀ ਟਰੱਕ, ਉਹ ਕਰਨੀ ਉਹ ਟਰੱਕ ਤੇ ਗਿਆ ਸੀ ਕੈਲੀਫੋਰਨੀਆ ਲੈ ਕੇ, ਤੇ ਉਹਨੂੰ ਕਿਵੇਂ ਪਤਾ ਲੱਗਿਆ ਵੀ ਪਿੱਛੇ ਕੀ ਹੋ ਗਿਆ? ਜਿੱਥੇ ਕਿਰਾਏ ਤੇ ਰਹਿੰਦੀਆਂ ਜਿੱਦਾਂ, ਉਧਰੋਂ ਪਤਾ ਲੱਗਾ ਉਹਨਾਂ ਨੂੰ। ਸਾਡੇ ਬੱਚੇ ਬਾਰੇ ਇਦਾਂ ਦੀਆਂ ਕੋਈ ਗੱਲਾਂ, ਸਾਡੇ ਤੁਹਾਨੂੰ ਪਤਾ ਹੀ ਆ। ਅਪੀਲ ਕੀ ਕਰਦੇ ਪ੍ਰਸ਼ਾਸਨ ਨੂੰ, ਸਰਕਾਰਾਂ ਨੂੰ, ਪਰਿਵਾਰ ਦਾ ਹਾਲੇ ਤੋਂ ਪਤਾ ਲੱਗਿਆ ਨੀ? ਉਹੀ ਹੁਣ ਅਸੀਂ ਕਿਹੜਾ ਇੱਦਾਂ ਜਾ ਸਕਦੇ ਉਹਦੇ ਕੋਲ, ਤੁਹਾਨੂੰ ਪਤਾ ਹੀ ਆ। ਅਸੀਂ ਇਹੀ ਮੰਗ ਕਰਦੇ ਸਾਡੀ ਉਹਨਾਂ ਵੀ ਗੱਲਬਾਤ ਕਰਾਈ ਜਾਵੇ, ਸਾਨੂੰ ਪਤਾ ਲੱਗੋ ਕਿਹੜੇ ਹਾਲਾਤਾਂ ਵਿੱਚ ਆ, ਸਾਨੂੰ ਨਿਆਂ ਮਿਲੇ।
ਸਾਡੀ ਬੇਟੀ ਤਾਂ 2 ਜਨਵਰੀ ਨੂੰ ਇਸ ਸਾਲ ਚ ਗਈ ਆ। ਹਾਂਜੀ ਇਹ ਪਹਿਲਾਂ ਗਈ ਜਿੱਦਾਂ 18 ਸਾਲ ਵਿੱਚ ਬੱਚੀ। ਹਾਂਜੀ ਵਿਆਹੀ ਹੋਈ ਸੀਗੀ ਉਹਦੀ ਪਿਛਲੇ ਸਾਲ ਹੋਈ ਜਨਵਰੀ ਵਿੱਚ 2023 ਦੇ ਵਿੱਚ 4 ਜਨਵਰੀ ਦੀ ਮੈਰਿਜ ਸੀ। ਅੱਛਾ ਗਗਨ ਨੇ ਕਦੀ ਦੱਸਿਆ ਵੀ ਕੋਈ ਉਹਦਾ ਪਿੱਛਾ ਕਰਦਾ ਜਾਂ ਕੋਈ ਗੱਲ? ਨਹੀਂ ਨਹੀਂ ਭਾਜੀ ਕੁਛ ਨਹੀਂ ਸਾਨੂੰ ਉਹਨੇ ਦੱਸਿਆ। ਇਹ ਇੱਕਦਮ ਘਾਣਾ ਵਾਪਰਿਆ? ਹਾਂਜੀ ਹਾਂਜੀ। ਤੁਹਾਨੂੰ ਕਿਵੇਂ ਪਤਾ ਲੱਗਾ ਇਸ ਬਾਰੇ ਜਾਂ ਦੱਸਿਆ ਕਿ ਨਹੀਂ, ਕਿਸ ਨਾਲ ਗੱਲ ਹੋਈ, ਕਿਵੇਂ ਪਤਾ ਲੱਗਾ ਵੀ ਐਗਜ਼ੈਕਟਲੀ ਦੱਸਿਆ ਉਹਨੇ ਕੀ ਹੋਇਆ ਕੀ? ਸਾਨੂੰ ਕੁਛ ਨਹੀਂ ਪਤਾ ਭਾਜੀ। ਜੋ ਪੁਰਾਣਾ ਦੱਸੀ ਜਾਂਦਾ ਉਹਨਾਂ ਨਾਲ ਵਾਹੀ ਗੱਲ ਹੁੰਦੀ ਆ, ਜੋ ਪੁਰਾਣਾ